ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਵਰਿੰਦਰ ਸਿੰਘ ਸਵਾਗਤ ਕਰਦਾ ਹਾਂ ਆਪ ਸਭ ਜੀ ਤੁਹਾਡੇ ਆਪਣੇ ਪੀਵੀਕੇ ਚੈਨਲ ਉੱਤੇ ਸੋ ਅੱਜ ਦੀ ਵੀਡੀਓ 'ਚ ਆਪਾਂ ਇੱਕ ਨਵੀਂ ਸੀਰੀਜ਼ ਦਾ ਆਗਾਜ਼ ਕਰਨ ਚੱਲੇ ਆ ਇੱਕ ਨਵੀਂ ਸੀਰੀਜ਼ ਸ਼ੁਰੂ ਕਰਨ ਲੱਗੇ ਆ ਸੋ ਇਸ ਸੀਰੀਜ਼ ਵਿੱਚ ਆਪਾਂ ਗੱਲ ਕਰਾਂਗੇ ਜਿਹੜੇ ਮੂਲ ਤੇ ਵਗੈਰਾ ਆਉਂਦੇ ਆ ਜਿਹੜੇ ਵੀ ਕੋਹ ਦੀ ਚੀਜ਼ ਦਾ ਲਸਤਰਾ ਦਾ ਨੇ ਜਿਹੜੇ ਵੀ ਆਪਣੇ ਕਾਨੂੰਨ ਨੇ ਸੜਖਾਂ ਦੇ ਉਹਨਾਂ ਬਾਰੇ ਆਪਾਂ ਗੱਲਾਂ ਕਰਾਂਗੇ ਕਈ ਵਾਰ ਕੀ ਹੁੰਦਾ ਆਪਣੇ ਭੈਣ ਭਰਾ ਕੋਈ ਗਲਤੀ ਕਰ ਬੈਂਦੇ ਨੇ ਗੱਡੀ ਚਲਾਉਂਦੇ ਟਾਈਮ ਤੇ ਉਹ ਗਲਤੀ ਦਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਇਹਦਾ ਜੁਰਮਾਨਾ ਕਿੰਨਾ ਆਣਾ ਤੇ ਕਿੰਨੇ ਉਹਨਾਂ ਦੇ ਪੁਆਇੰਟ ਕੱ ਸੋ ਅੱਜ ਦੀ ਆਪਣੀ ਜਿਹੜੀ ਪਹਿਲੀ ਵੀਡੀਓ ਹੋਏਗੀ ਉਹ ਡਿਪੈਂਡ ਕਰੇਗੀ ਆਪਣੀ ਸਪੀਡ ਉੱਤੇ ਜੇਕਰ ਆਪਾਂ ਇੱਕ ਸਪੀਡ ਲਿਮਿਟ ਨੂੰ ਕ੍ਰੋਸ ਕਰ ਜਾਂਦੇ ਆਂ ਤੇ ਆਪਾਂ ਨੂੰ ਕਿੰਨਾ ਮੁੱਲਤਾ ਆ ਸਕਦਾ ਪਹਿਲੀ ਗੱਲ ਤੇ ਸਲਾਹ ਇਹ ਹੀ ਦਿੱਤੀ ਜਾਂਦੀ ਹੈ ਕਿ ਹਮੇਸ਼ਾ ਸਪੀਡ ਲਿਮਿਟ ਦੇ ਅੰਦਰ ਰਹਿ ਕੇ ਹੀ ਗੱਡੀ ਚਲਾਈ ਜਾਵੇ ਤੇ ਇਹਦੇ ਨਾਲ ਨਾਲ ਤੁਹਾਡੇ ਨਾਲ ਮੈਂ ਇੱਕ ਹੋਰ ਡਿਟੇਲ ਸਾਂਝੀ ਕਰਨਾ ਚਾਹਾਂਗਾ ਕਿ ਜਿਹੜਾ ਭੈਣ ਭਰਾ ਪਤਨ ਤੇ ਵੀ ਦੀ ਲਾਈਵ ਕਲਾਸ ਲੈਣਾ ਚਾਹੁੰਦਾ ਹੈ ਹਿੰਦੀ ਉਰਦੂ ਪੰਜਾਬੀ ਵਿੱਚ ਜਾਂ ਇੰਗਲਿਸ਼ ਵਿੱਚ ਲੈਣਾ ਚਾਹੁੰਦਾ ਹੈ ਉਹ ਐ ਸਕਰੀਨ ਤੇ ਦਿੱਤੇ ਹੋਏ ਨੰਬਰ ਉੱਤੇ ਕਾਲ ਕਰ ਸਕਦਾ ਸਾਡਾ ਡੈਮੋ ਜ਼ਰੂਰ ਟਰਾਈ ਕਰਿਓ 5 ਦਿਨ ਸੋ ਚਲੋ ਹੁਣ ਸਭ ਤੋਂ ਪਹਿਲਾਂ ਦੇਖਦੇ ਆਪਨੀ ਸਪੀਡ ਲਿਮਟ ਕਿੰਨੀ ਆ ਸੜਕ ਉੱਤੇ ਆਪਣੀ ਸਪੀਡ ਲਿਮਟ ਕਿੰਨੀ ਆ ਸੜਕ ਦੇ ਕਾਨੂੰਨਾਂ ਦੇ ਮੁਤਾਬਿਕ 50 ਕਿਲੋਮੀਟਰ ਸਪੀਡ ਲਿਮਟ ਆਪਣੀ ਸ਼ਹਿਰ ਦੇ ਅੰਦਰ ਤੇ ਇਸ ਤਰ੍ਹਾਂ ਦੇ ਐਕਸਟਰੋਬਾਨੇ ਵਿੱਚ ਜਿਹੜੇ ਸੈਕੰਦਰੀਏ ਹੁੰਦੇ ਨੇ ਉਹਨਾਂ ਤੇ 90 ਕਿਲੋਮੀਟਰ ਜਿਹੜੀ ਐਕਸਟਰੋਬਾਨੇ ਪ੍ਰਿੰਸੀਪਾਲੀਆ ਉਹਨਾਂ ਤੇ ਆਪਣੀ ਸਪੀਡ ਲਿਮਟ ਹੁੰਦੀ 110 ਤੇ ਆਊਟੋਸਟਰਾਦਾ ਤੇ 130 ਮਤਲਬ ਕਿ 130 ਯਾਦ ਰੱਖਿਓ ਆਊਟੋਸਟਰਾਦਾ ਜੇਕਰ ਕੋਈ ਸਪੈਸ਼ਲ ਕੈਟੇਗਰੀ ਬਣਾਈ ਗਈ ਹੋਵੇ ਸਪੈਸ਼ਲ ਹੋਵੇ ਤੇ ਉੱਥੇ ਦੀ 150 ਕਿਲੋਮੀਟਰ ਦੀ ਸ ਇਹ ਗੱਲ ਕਰਦੇ ਵਸੀਂ ਆਪਣੀ ਨੋਰਮਲ ਗੱਡੀਆਂ ਦੀ ਠੀਕ ਹੈ ਜੀ ਇਹ ਗੱਲ ਦਾ ਧਿਆਨ ਰੱਖਿਓ ਨੋਰਮਲ ਗੱਡੀਆਂ ਦੀ ਉਸ ਤੋਂ ਬਾਅਦ ਜਿਹੜੇ ਬੰਦੇ ਨਵਾਂ ਲਾਇਸੈਂਸ ਕੀਤਾ ਹੁੰਦਾ ਉਹਦੀ ਸਪੀਡ ਲਿਮਿਟ ਸੜਾ ਦੇ ਐਕਸਪੋਰ ਬਨੇ ਪ੍ਰਿੰਸੀਪਲ ਵਾਲੀ ਉੱਤੇ 90 ਕਿਲੋਮੀਟਰ ਦੀ ਹੁੰਦੀ ਹੈ ਧਿਆਨ ਰੱਖਿਓ ਵੀ ਕੱਟ ਹੋ ਜਾਂਦੀ ਹੈ 90 ਕਿਲੋਮੀਟਰ ਦੀ ਤੇ ਆਊਟੋ ਸੜਾ ਤੇ ਚੇਨ ਤੋਂ ਕਿਲੋਮੀਟਰ ਦੀ ਹੁੰਦੀ ਹੈ ਮਤਲਬ ਕਿ 100 ਕਿਲੋਮੀਟਰ ਦੀ ਹੁੰਦੀ ਆ ਇਹ ਗੱਲ ਦਾ ਧਿਆਨ ਰੱਖਿਓ ਕਿਉਂਕਿ ਜੇਕਰ ਤੁਸੀਂ ਕਿਸੇ ਆਊਟ ਆਫ ਵੇਲੋਕਸ ਜਾਂ ਕਿਸੇ ਤੂਤਰ ਦੇ ਨਿਗਾਹ ਵਿੱਚ ਆ ਗਏ ਜਿਹੜੀ ਸਪੀਡ ਲਿਮਿਟ ਵਾਲੇ ਕੈਮਰੇ ਹੁੰ ਉੱਕਟੇ ਜਾ ਸਰਦੇ ਤੇ ਡਬਲ ਕੱਟੇ ਜਾਣਗੇ ਧਿਆਨ ਰੱਖਿਓ ਜਿੰਨਾਂ ਕੋਲ ਨਵਾਂ ਲਸਣ ਸੇ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਆਪਣੀ ਸਪੀਡ ਲਿਮਟ ਦੀ ਸਪੀਡ ਲਿਮਟ ਜਿਵੇਂ ਬਨ ਕੇ ਚੱਲਿਆ 70 ਦੀ ਸਪੀਡ ਲਿਮਟ ਸੀ ਤੇ ਉੱਥੇ ਆਪਾਂ ਚੱਲਨੇ ਪਿਆ 1 ਕਿਲੋਮੀਟਰ ਤੋਂ ਲੈ ਕੇ 10 ਕਿਲੋਮੀਟਰ ਤੱਕ ਜ਼ਿਆਦਾ ਸਪੀਡ ਨਾਲ ਆਪਾਂ ਚੱਲਣੇ ਪਏ ਮਤਲਬ ਜਿੱਥੇ ਆਪਣੀ ਸਪੀਡ ਲਿਮਟ 70 ਦੀ ਸੀ ਉੱਥੇ ਆਪਾਂ ਚੱਲਨੇ ਪਏ 71 72 73 74 ਮਤਲਬ 10 ਤੋਂ 10 ਕਿਲੋਮੀਟਰ ਤੱਕ ਦੀ ਸਪੀਡ ਲਿਮਟ ਆਪਾਂ ਐਕਸਟਰਾ ਚੱਲਨੇ ਪਏ 10 ਕਿਲੋਮੀਟਰ ਤੱਕ ਦੀ ਗੱਲ ਕਰਨਾ ਬੈ ਧਿਆਨ ਰੱਖਿਓ ਕਿੰਨਾ ਵੀ ਹੋ ਸਕਦਾ 1 ਤੋਂ ਲੈ ਕੇ 10 ਤੱਕ ਸੋ ਇੱਥੇ ਜਿਹੜਾ ਜੁਰਮਾਨਾ ਹੋਏਗਾ ਉਹ ਹੋ ਸਕਦਾ 41 ਯਰੋ ਤੋਂ ਲੈ ਕੇ 168 ਯਰੋ 300 ਤੋਂ 680 ਤੱਕ ਦਾ ਆਪਣਾ ਜਿਹੜਾ ਜੁਰਮਾਨਾ ਹੋ ਸਕਦਾ ਧਿਆਨ ਦਿਓ ਜੇਕਰ 10 ਕਿਲੋਮੀਟਰ ਤੱਕ ਦੀ ਸਪੀਡ ਜ਼ਿਆਦਾ ਤੇ ਇਸ ਕੇਸ ਵਿੱਚ ਆਪਣੇ ਪੁਆਇੰਟ ਨਹੀਂ ਘਟ ਹੋਣਗੇ ਸਿਰਫ ਐਸੀ ਕੇਸ ਵਿੱਚ ਅੱਗੇ ਜਿੰਨੇ ਵੀ ਸਪੀਲਮੇ ਡਾਂਗੇ ਨਾ ਸਾਰੇ ਚ ਆਪਣੇ ਪੁਆਇੰਟ ਘਟ ਹੋਣਗੇ ਵੀਡੀਓ ਨੂੰ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਤੁਹਾਡੇ ਸਾਰੇ ਅੱਗੇ ਅਪੀਲ ਕੀਤੀ ਜਾਂਦੀ ਹੈ ਜੇਕਰ ਤੁਹਾਨੂੰ ਇਸ ਸੀਰੀਜ਼ ਵਧੀਆ ਲੱਗਦੀ ਪਈ ਆ ਕਿਉਂਕਿ ਹਰ ਇੱਕ ਜੁਰਮਾਨੇ ਜਿੰਨੇ ਵੀ ਆਂਦੇ ਸੀ ਉਹਨਾਂ ਸਾਰਿਆਂ ਨੂੰ ਕਵਰ ਕਰਾਂਗੇ ਜੇਕਰ ਤੁਸੀਂ ਵੀ ਕਿਸੇ ਐਸੇ ਜੁਰਮਾਨੇ ਉੱਤੇ ਇਨਫੋਰਮੇਸ਼ਨ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰ ਸਕਦੇ ਹੋ ਨੀਚੇ ਕਮੈਂਟ ਕਰਕੇ ਜਰੂਰ ਦੱਸਿਓ ਸਾਨੂੰ ਵੀ ਕਿਸ ਤਰੀਕੇ ਨਾਲ ਤੁਹਾਨੂੰ ਸਾਡੀ ਸੀਰੀਜ਼ ਲੱਗੀ ਹੈ ਜਿਹੜੀ ਨਾਲ ਵੀ ਸ਼ੁਰੂ ਕੀਤੀ ਹੈ ਤੇ ਤੁਸੀਂ ਇਹਨਾਂ ਤੇ ਵੀ ਜਾਣਦੇ ਹੋ ਕਿ ਅਸੀਂ ਕਿਸੇ ਹੋਰ ਟੌਪਿਕ ਤੇ ਵੀ ਵੀਡੀਓ ਬਣਾਈ ਹੈ ਇਹਨਾਂ ਜੁਰਮਾਨਿਆਂ ਨਾਲ ਹੀ ਤੇ ਅਸੀਂ ਉਹਨਾਂ ਤੇ ਵੀ ਬਣਾਵਾਂਗੇ ਪਲੀਜ਼ ਸਾਨੂੰ ਕਮੈਂਟ ਵਿੱਚ ਉਸ ਦੀ ਡਿਟੇਲ ਜਰੂਰ ਲਿਖ ਦਿਓ ਸੋ ਚਲੋ ਅੱਗੇ ਵਧਦੇ ਹਾਂ ਅੱਗੇ ਆ ਜਾਂਦੀ ਆਪਣੀ ਸਪੀਡ ਲਿਮਟ ਜਿਵੇਂ 70 ਦੀ ਸਪੀਡ ਲਿਮਟ ਆ 70 ਦੀ ਸਪੀਡ ਲਿਮਟ ਆਪਾਂ ਮੰਨ ਕੇ ਚੱਲਦੇ ਹਾਂ ਉਸ ਤੋਂ ਅੱਗੇ ਕਹਿੰਦਾ ਪਿਆ ਜੇਕਰ ਆਪਾਂ ਮਤਲਬ ਆਪਾਂ ਕਈ ਅਭੀ 80 ਤੋਂ 70 ਦੀ ਸਪੀਡ ਲਿਮਟ ਆਪਾਂ 80 ਤੋਂ ਉੱਤੇ ਚੱਲਨੇ ਪਿਆ 80 ਤੋਂ ਲੈ ਕੇ 110 ਕਿਲੋਮੀਟਰ ਤੱਕ ਦੀ ਸਪੀਡ ਲਿਮਟ ਤੇ ਆਪਾਂ ਚੱਲਨੇ ਪਿਆ ਉੱਥੇ ਆਪਾਂ ਨੂੰ ਕਿੰਨਾ ਜੁਰਮਾਨਾ ਆਏਗਾ ਉੱਥੇ ਆਪਾਂ ਨੂੰ ਜੁਰਮਾਨਾ ਆ ਸਕਦਾ 168 ਜਿੱਤੇ ਆਪਾਂ ਛੱਡਿਆ ਸੀ ਜਿਹੜਾ ਪਿਛਲਾ ਜੁਰਮਾਨਾ ਸੀ ਜਿੱਥੋਂ ਆਪਾਂ ਛੱਡਿਆ ਸੀ ਉੱਥੋਂ ਦੀ ਲੈ ਕੇ 674 ਰੋ ਤੱਕ ਆਪਾਂ ਨੂੰ ਜੁਰਮਾਨਾ ਆ ਸਕਦਾ ਤੇ ਇੱਥੇ ਜਿਹੜੇ ਆਪਣੇ ਪੁਆਇੰਟ ਕੱਟੇ ਜਾਣਗੇ ਜਿਹੜੀ ਆਪਣੀ ਪੁੰਤੀਆਂ ਕੱਟੀਆਂ ਜਾਣਗੀਆਂ ਉਹ ਹੋਣਗੇ 3 ਮਤਲਬ 3 ਪੁਆਇੰਟ ਆਪਣੇ ਕੱਟੇ ਜਾਣਗੇ ਤੇ ਜਿਹੜਾ ਜੁਰ ਡਿਪੈਂਡ ਕਰਦਾ ਆਪਣੀ ਕਿੰਨੀ ਸਪੀਡ ਲਿਮਟ ਤੇ ਚੱਲਨੇ ਪਿਆ ਉਸ ਤੋਂ ਬਾਅਦ ਗੱਲ ਕਰਦੇ 40 ਕਿਲੋਮੀਟਰ ਤੋਂ ਉੱਤੇ ਐਕਸਟਰਾ ਸਪੀਡ ਬਣੀ ਚਲਦੀ ਪਈ ਆ ਵੇਖੋ ਜਿੱਥੇ ਛੱਡਨੇ ਪਿਆ ਪਿਛਲੇ ਜੁਰਮਾਨੇ ਉੱਥੇ ਹੀ ਅੱਗੇ ਦੇ ਜੁਰਮਾਨੇ ਸ਼ੁਰੂ ਹੋਣਦੇ ਆ ਸੋ ਹੁਣ ਇੱਥੇ ਆਪਾਂ 40 ਕਿਲੋਮੀਟਰ ਤੋਂ ਵੀ ਜ਼ਿਆਦਾ 70 ਦੀ ਸਪੀਡ ਲਿਮਟ ਆ ਆਪਾਂ 110 ਤੋਂ ਵੀ ਪਾਰ ਚੱਲਨੇ ਪਿਆ ਪਰ 60 ਕਿਲੋਮੀਟਰ ਦੇ ਅੰਦਰ ਰਹਿ ਕੇ ਮਤਲਬ ਕਿ 110 ਤੋਂ ਲੈ ਕੇ 130 ਕਿਲੋਮੀਟਰ ਤੱਕ 70 ਦੀ ਆਪਣੀ ਸਪੀਡ ਲਿਮਟ ਆ ਪਰ ਆਪਾਂ 110 ਤੋਂ ਲੈ ਕੇ 130 ਕਿਲੋਮੀਟਰ ਤੱਕ ਦੀ ਸਪੀਡ ਦੇ ਅੰਦਰ ਚੱਲਨੇ ਪਿਆ ਉਸ ਕੇਸ ਵਿੱਚ ਆਪਾਂ ਨੂੰ ਜਿਹੜਾ ਜੁਰਮਾਨਾ ਹੋਏਗਾ ਉਹ ਹੋਏਗਾ 527 ਰੁਪਏ ਤੋਂ ਲੈ ਕੇ 2108 ਰੁਪਏ ਧਿਆਨ ਦਿਓ 2108 ਰੁਪਏ ਤੱਕ ਦਾ ਆਪਾਂ ਨੂੰ ਜੁਰਮਾਨਾ ਆ ਸਕਦਾ ਤੇ ਇਸ ਕੇਸ ਵਿੱਚ ਜਿਹੜੇ ਆਪਣੇ ਪੁਆਇੰਟ ਕੱਟੇ ਜਾਣਗੇ ਉਹ ਹੋਣਗੇ 6 ਠੀਕ ਹੈ ਸੋ ਅੱਗੇ-ਤੱਗੇ ਵੱਧਾ ਪਿਆ ਆ ਧਿਆਨ ਦਿਓ ਉਸ ਤੋਂ ਬਾਅਦ ਜੇਕਰ ਆਪਣੀ ਗੱਡੀ 60 ਕਿਲੋਮੀਟਰ ਤੋਂ ਵੀ ਜ਼ਿਆਦਾ ਚਲਦੀ ਪਈ ਆ ਮਤਲਬ 70 ਵਾਲੀ ਸਪੀਡ ਸੀ ਪਰ 70 ਤੋਂ ਲੈ ਕੇ 60 ਕਿਲੋਮੀਟਰ ਤੋਂ ਜ਼ਿਆਦਾ 70 60 ਕਿੰਨੇ ਹੋਗੇ 130 130 ਤੋਂ ਵੀ ਜ਼ਿਆਦਾ ਆਪੇ ਸਪੀਡ ਤੇ ਚੱਲਨੇ ਫੇ ਜਿੱਥੇ 70 ਦੀ ਸਪੀਡ ਲਿਮਟ ਆ ਉਥੇ ਆਪਾਂ ਨੂੰ ਜੁਰਮਾਨਾ 328700 ਰੁਪਏ ਤੱਕ ਦਾ ਆ ਸਕਦਾ ਠੀਕ ਹੈ ਇਹ ਮੈਕਸਿਮਮ ਪੁਆਇੰਟ ਆ 328700 ਇਹਨਾਂ ਜੁਰਮਾਨਾ ਹੋ ਸਕਦਾ ਜੇਕਰ ਆਪਾਂ 60 ਕਿਲੋਮੀਟਰ ਦੀ ਸਪੀਡ ਐਕਸਟਰਾ ਚੱਲਦੇ ਹੋਵਾਂਗੇ ਤੇ ਹੁਣ ਇੱਥੇ ਜਿਹੜੇ ਪੁਆਇੰਟ ਕੱਟ ਹੋਣਗੇ ਉਹ ਕਿੰਨੇ ਹੋਣਗੇ 10 ਆਪਣੇ ਪੁਆਇੰਟ ਕੱਟ ਹੋਣਗੇ ਤੇ ਆਪਣਾ ਪਤੇਨ ਤੇ ਨਾਮ ਲੱਗਦੇ ਹੀ ਸਸਪੈਂਡ ਕਰ ਦਿੱਤਾ ਜਾਏਗਾ ਤੇ ਜੇਰਾ ਸਸਪੈਂਸ਼ਨ ਹੋਏਗਾ ਇਸ ਪਤੰਤੇ ਦਾ ਉਹ ਕਿੰਨੇ ਮਹੀਨੇ ਲਈ ਹੋਏਗਾ 6 ਮਹੀਨੇ ਤੋਂ ਲੈ ਕੇ 1 ਸਾਲ ਤੱਕ ਲਈ ਆਪਣਾ ਪਤੰਤੇ ਸਸਪੈਂਡ ਹੋ ਸਕਦਾ ਧਿਆਨ ਦਿਓ ਇਸ ਗੱਲ ਤੇ ਸਪੀਡ ਲਿਮਟ ਦੇ ਵਿੱਚ ਰਹਿ ਕੇ ਹੀ ਆਪਣੀ ਗੱਡੀ ਚਲਾਇਆ ਕਰੋ ਤੇ ਇਹਦੇ ਨਾਲ ਤੁਹਾਨੂੰ ਦੱਸਦਾ ਕਿ 2 ਸਾਲ ਦੇ ਵਿੱਚ ਜੇਕਰ ਤੁਸੀਂ ਦੋ ਵਾਰ ਇਹ ਜੁਰਮਾਨਾ ਹਾਸਲ ਕਰ ਲੈਂਦੇ ਹੋ ਮਤਲਬ ਦੋ ਵਾਰ ਤੁਹਾਡੇ ਤਾਂ ਪੁਆਇੰਟ ਤੇ ਤੁਹਾਡੇ ਜਿਹੜੇ ਮੂਲਤੇ ਵਗੈਰਾ ਆ ਜਾਂਦੇ ਨੇ ਓਵਰ ਸਪੀਡਿੰਗ ਦੇ ਤੇ ਉਹਦੇ ਵਿੱਚ ਤੁਹਾਡਾ ਜਿਹੜਾ ਜੁਰਮਾਨਾ ਹੋਏਗਾ ਉਹ ਵੱਧ ਕੇ ਪਤੰਤੇ ਨੂੰ ਤੁਹਾਡੇ ਨੂੰ ਰਿਵੋਕਾ ਤੱਕ ਕਰਵਾ ਸਕਦਾ ਧਿਆਨ ਦਿਓ ਰਿਵੋਕਾ ਤੱਕ ਹੋ ਸਕਦਾ ਤੁਹਾਡਾ ਪਤੰੰਤੇ ਅਰਿਤੇਕ ਹੋਰ ਗੱਲ ਵੀ ਹੈ ਜੇ ਮੈਂ ਐਡ ਕਰਨਾ ਚਾਹਾਂਗਾ ਜੇਕਰ ਤੁਸੀਂ ਇਹ ਜਿਹੜਾ ਜੁਰਮਾਨਾ ਜੇਕਰ ਤੁਹਾਨੂੰ ਆਂਦਾ ਵੀ ਹੈ ਰੱਬ ਕਰਕੇ ਆਵੇ ਨਾ ਕਿਸੇ ਨੂੰ ਪਰ ਜੇਕਰ ਕਿਸੇ ਨੂੰ ਆਂਦਾ ਹੈ ਤੇ ਉਹਨਾਂ ਦਾ ਜਿਹੜਾ ਜੁਰਮਾਨਾ ਹੋਏਗਾ ਉਹਨੂੰ ਪਹਿਲੇ 5 ਦਿਨਾਂ ਦੇ ਅੰਦਰ ਜੇਕਰ ਕੋਈ ਤਾਰਦਾ ਤੇ ਉਹਨੂੰ 30% ਤੱਕ ਦਾ ਡਿਸਕਾਊਂਟ ਵੀ ਮਿਲਦਾ ਹੈ 30% ਤੱਕ ਉਹਨੂੰ ਆਪਣਾ ਜੁਰਮਾਨਾ ਮਾਫ ਹੋ ਜਾਂਦਾ ਹੈ ਮਤਲਬ ਲਾਲੀਤ ਸੂਰ ਦਾ ਜੁਰਮਾਨਾ ਹੈ ਤੇ ਉਹਨੂੰ 70 ਰੁਪਏ ਉਤਾਰਨੇ ਪੈਣੇ ਆ। ਸੋ ਹੁਣ ਗੱਲ ਕਰਤੇ ਆ ਕਿ ਇਹ ਜਿਹੜਾ ਡਿਸਕਾਊਂਟ ਹੈ ਸਪੀਡ ਉੱਤੇ ਵੀ ਆਪਾਂ ਨੂੰ ਮਿਲਦਾ ਹੈ। ਸੋ ਹਾਂਜੀ ਜਿੱਦਾਂ ਆਪਾਂ ਡਿਸਕਾਊਂਟ ਪੈਸੇਆਂ ਉੱਤੇ ਮਿਲਦਾ ਐਰੋ ਉੱਤੇ ਮਿਲਦਾ ਉਸੇ ਤਰੀਕੇ ਨਾਲ ਆਪਾਂ ਨੂੰ ਇਹ ਡਿਸਕਾਊਂਟ ਆਪਣੀ ਸਪੀਡ ਉੱਤੇ ਵੀ ਮਿਲਦਾ। ਪਰ ਸ਼ਰਤ ਇਹ ਹੈ ਕਿ ਜੇਕਰ ਆਪਣੀ ਸਪੀਡ 100 ਕਿਲੋਮੀਟਰ ਦੇ ਅੰਤਰੰਦਰ ਰਹਿੰਦੀ ਸੀ। ਮਤਲਬ ਕਿ 70 ਦੀ ਸਪੀਡ ਲਿਮਿਟ ਸੀ ਤੇ ਉੱਥੇ ਆਪਾਂ ਜਾ ਰਹੇ ਸੀ 80 ਕਿਲੋਮੀਟਰ ਦੀ ਸਪੀਡ ਤੇ। ਠੀਕ ਹੈ 70 ਦੀ ਲਿਮਿਟ ਪਰ ਆਪਾਂ 80 ਕਿਲੋਮੀਟਰ ਸੋ ਉਹਨੂੰ ਜਿਹੜਾ ਆਪਣਾ ਆਊਟੋਵੇ ਲੋਕ ਜਿਹੜਾ ਆਪਾਂ ਨੂੰ ਫੜੇਗਾ ਨਹੀਂ ਸਪੀਡ ਲਿਮਟ ਤੋਂ ਉਹਨੂੰ 75 ਮੰਨੇਗਾ ਨਾ ਕਿ 80 ਠੀਕ ਹੈ ਜੀ ਸੋ 5 ਕਿਲੋਮੀਟਰ ਦਾ ਆਪਾਂ ਨੂੰ ਡਿਸਕਾਊਂਟ ਇੱਥੇ ਮਿਲਦਾ ਹੈ ਸਪੀਡ ਦੇ ਵਿੱਚ ਤੇ ਇਸ ਤੋਂ ਬਾਅਦ ਜਿਵੇਂ ਆਪਾਂ 100 ਕਿਲੋਮੀਟਰ ਦੀ ਸਪੀਡ ਨੂੰ ਵੱਧ ਜਾਂਦੇ ਹਾਂ ਜਿਵੇਂ ਆਪਾਂ 100 ਕਿਲੋਮੀਟਰ ਦੀ ਜਿਹੜੀ ਆਪਣੀ ਸਪੀਡ ਸੀ ਉਹਦੇ ਤੋਂ ਜ਼ਿਆਦਾ ਤੂੰ ਚੱਲਦੇ ਹੋਣੇ ਆ ਉਦੋਂ ਇਹ ਡਿਸਕਾਊਂਟ 5% ਤੱਕ ਆ ਜਾਂਦਾ ਠੀਕ ਹੈ ਜੀ ਸੋ ਇਹ 5% ਦੇ ਹਿਸਾਬ ਨਾਲ ਅੱਗੇ ਜਾ ਕੇ ਡਿਵਾਈਡ ਹੁੰਦਾ ਹੈ ਸੋ ਚੰਗਾ ਜੀ ਇਹ ਇੱਕ ਨਵੀਂ ਸੀਰੀਜ਼ ਸਾਡੇ ਵੱਲੋਂ ਸ਼ੁਰੂ ਕੀਤੀ ਗਈ ਹੈ ਤਾਂ ਜੋ ਤੁਹਾਡੇ ਜਿੰਨੇ ਵੀ ਡਾਊਟ ਨੇ ਇੰਨਾ ਜੁਰਮਾਨਿਆਂ ਨੂੰ ਲੈ ਕੇ ਹੋਵੇ ਤੁਹਾਡੇ ਦੂਰ ਹੋ ਸਕਣ ਤੇ ਸਾਡੀ ਜਿਹੜੀ ਜਨਤਾ ਹੈ ਉਹ ਥੋੜੀ ਅਵੇਅਰ ਹੋ ਸਕੇ ਨਾ ਸਾਰੇ ਜੁਰਮਾਨੇ ਬਾਰੇ ਪਤਾ ਹੋ ਸਕੇ ਤੇ ਦੇ ਨਾਲ ਨਾਲ ਤੁਹਾਨੂੰ ਦੱਸ ਦਾਂਗੇ ਸਾਡੀ ਵੈਬਸਾਈਟ ppbkchannel.com ਹੁੰਦੀ ਤੇ ਜਿਹੜਾ ਵੀ ਪਤੰਤ ਰਿਲੇਟਡ ਜੋ ਕੋਈ ਵੀ ਨਵਾਂ ਡਾਕੂਮੈਂਟ ਆਏਗਾ ਜੋ ਕੁਝ ਵੀ ਨਵਾਂ ਆਰਟੀਕਲ ਵਗੈਰਾ ਇੰਟਰਨੈਟ ਤੇ ਆਏਗਾ ਜੋ ਕੋਈ ਵੀ ਨਵੀਂ ਨਿਊਜ਼ ਆਏਗੀ ਉਹ ਅਸੀਂ ਜ਼ਰੂਰ ਸ਼ੇਅਰ ਕਰਾਂਗੇ ਸੋ ਉਸ ਵੈਬਸਾਈਟ ਤੇ ਜ਼ਰੂਰ ਬਨੇ ਰਹੋ ਡੇਲੀ ਵਿਜ਼ਿਟ ਜ਼ਰੂਰ ਕਰਿਓ ਸਾਡੀ ਵੈਬਸਾਈਟ ਨੂੰ ਤੇ ਜ਼ ਤੇ ਇਦਾਂ ਹੀ ਆਪਣਾ ਸਪੋਰਟ ਤੇ ਪਿਆਰ ਦਿਖਾਉਂਦੇ ਰਹੋ ਪੀਬੀ ਕਿਚਨ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜਿਹਨੇ ਹਜ ਤੱਕ ਨਹੀਂ ਕੀਤਾ ਜਿਹਨਾਂ ਨੇ ਕਰਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸੋਛੋ ਚੰਗਾ ਜੀ ਮਿਲਾਂਗੇ ਆਪ ਸਭ ਜਣੇ ਕਿਸੇ ਹੋਰ ਵੀਡੀਓ ਵਿੱਚ ਤਦ ਤੱਕ ਲਈ ਰੱਬ ਰਾਖਾ